tutta felicità. ਕੱਲ ਨੂੰ ਚੌਂਕੀ ਆ, ਪੂਰੇ 12 ਵਜੇ ਪਹੁੰਚੋ, ਨਾਲੇ ਆਪਣੇ ਝੰਡੇ ਲਿਖਾਓ, ਨਾਲੇ ਲੋਹੜੀਆਂ ਲਿਖਾਓ, ਗਾਹਾਂ ਵੀ ਲੈਣਾ ਕੁਛ, ਬੱਸਾਂ ਵਾਸਤੇ ਵੀ ਗਾਹਾਂ ਹੋਵੋ, ਜਿਹੜਾ ਲੰਗਰ 1 ਮਹੀਨਾ ਚੱਲਣਾ ਉਹਦੇ ਵਾਸਤੇ ਵੀ ਅੱਗੇ ਹੋਵੋ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਹੋਣੇ ਆ, ਮੋਨੇ ਦੇ ਨਾਲ ਹੱਥ ਲਾ ਕੇ ਸਾਰੇ ਕੰਮ ਕਰਾਓ, ਆਪਣੇ ਆਪਣੇ ਨਾਂ ਝੰਡਿਆਂ 'ਚ ਜਲਦੀ ਜਲਦੀ ਲਿਖਾਓ, ਇਹ ਨਾ ਹੋਵੇ ਖੁਸ਼ੀਆਂ ਤੋਂ ਕੋਈ ਬਕਾਇਆ ਰਹਿ ਜਾਵੇ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਖੁਸ਼ੀਆਂ ਲੈਣ ਵਾਸਤੇ ਆਪਣੇ ਸਾਰੇ ਨਾਂ ਲਿਖਾਓ, ਆਪਣੀ ਖੁਸ਼ੀਆਂ ਜ਼ਾਹਰ ਕਰੋ। ਜਿਹੜਾ ਬੰਦਾ ਜ਼ਾਹਰ ਕਰਦਾ ਉਹ ਲੈ ਲੈਂਦਾ। ਇਸ ਕਰਕੇ ਝੰਡਿਆਂ ਦੇ ਵਿੱਚ ਨਾਂ ਲਿਖਾਓ ਵੱਧ ਚੜ੍ਹ ਕੇ, ਲੋਹੜੀ ਵਿੱਚ ਨਾਂ ਲਿਖਾਓ ਵੱਧ ਚੜ੍ਹ ਕੇ, ਫਿਰ ਭੰਡਾਰਿਆਂ 'ਚ ਨਾਂ ਲਿਖਾਓ। ਜੇ ਤੁਸੀਂ ਦਾਨ ਨਹੀਂ ਕਰੋਗੇ ਤਾਂ ਪਾਓਗੇ ਕਿੱਦਾਂ? ਜਕਾਰਾ ਪਾਉਣਾ ਹਰਿ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਆ ਨਵਾਂ ਮਹੀਨਾ ਖੁਸ਼ੀਆਂ ਚੜ੍ਹੇ, ਆਉਣ ਵਾਲਾ ਸਾਲ ਤੁਹਾਨੂੰ ਖੁਸ਼ੀਆਂ ਚੜ੍ਹੇ। ਆਓ ਰਲ ਮਿਲ ਕੇ ਬਾਬੇ ਦੇ ਚਾਲੇ ਦੇ ਵਾਸਤੇ ਸ਼ਗਨ ਮਨਾਈਏ। ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ। ਬਾਬਾ ਜੀ ਕਿਰਪਾ, ਮੈਂ ਬਹੁਤ ਜਲਦੀ ਆ ਰਿਹਾ, ਤੁਹਾਡੇ ਕਰਕੇ ਮੈਂ ਆਇਆ ਬਾਹਰ, ਤੁਹਾਡੇ ਕਰਕੇ, ਕਿਉਂਕਿ ਆਪਾਂ ਹਰਿਦੁਆਰ ਮੰਦਰ ਬਣਾਉਣਾ, ਜਿਹਦੇ ਕਰਕੇ ਮੈਨੂੰ ਜਿਹੜੀ ਚੀਜ਼ਾਂ ਦੀ ਜ਼ਰੂਰਤ ਆ, ਜਿਹਦੇ ਕਰਕੇ ਮੈਂ ਇੰਨਾ ਸਮਾਂ ਦਿੱਤਾ। ਮੈਂ ਮਾਫ਼ੀ ਚਾਹੁੰਦਾ ਤੁਹਾਡੇ ਕੋਲ ਸਾਰਿਆਂ ਤੋਂ। ਤੁਸੀਂ ਸਾਰੇ ਮੇਰੇ ਤੋਂ ਬੜੇ ਹੋ, ਸਾਰੇ ਮੇਰੇ ਸਿਰ ਦੇ ਤਾਜ ਹੋ। ਚੜ੍ਹਦੀ ਕਲਾ 'ਚ ਰਹੋ, ਬਾਬਾ ਖੁਸ਼ੀਆਂ ਦੇਵੇ। ਤੁਹਾਡੀ ਖਾਤਰ ਮੈਂ ਰੁਕਿਆ ਆ, ਨਹੀਂ ਤਾਂ ਮੇਰਾ ਤਾਂ ਮਨ ਨਹੀਂ ਕਰਦਾ ਰੁਕਣ ਨੂੰ, ਤੁਹਾਡੀ ਖਾਤਰ ਰੁਕਿਆ। ਜੈ ਬਾਬਾ ਜੀ ਦੀ।